ਰਾਵਲਪਿੰਡੀ ਤਰੀਕੇ ਇਨਸਾਫ ਦੇ ਜਨਰਲ ਵਰਕਰਸ ਕਨਵੈਨਸ਼ਨ ਤੋਂ ਕਪਤਾਨ ਦਾ ਧੂੰਆਂਦਾਰ ਖਿਤਾਬ, ਸਿਆਸੀ ਮੁਖਾਲਫਿਨ ਕੋ ਸ਼ਦੀਦ ਤਨਕੀਦ ਦਾ ਨਿਸ਼ਾਨਾ ਬਣਾਇਆ। ਆਦਮਜੋਤ ਪਿਓ ਦੀ ਰੋਂਦੇ ਵਧਨ, ਜੋ ਮੁਝੇ ਕਿਉਂ ਨਿਕਾਲਾ, ਮੈਂ ਉਹ ਨੂੰ ਕੰਮ ਕਰ ਸਾਂ ਜਿਹੜੇ ਪੀਪਲਸ ਪਾਰਟੀ ਦੇ ਨੂੰ ਲੀਗ ਨਾ ਕਰ ਸਕੀ, ਇਮਰਾਨ ਖਾਨ ਦਾ ਐਲਾਨ। ਨੂਨ ਲੀਗ ਕੋ ਰਾਜਨਪੁਰ ਚ ਵੱਡਾ ਝਟਕਾ, ਸਾਬਕ ਡਿਪਟੀ ਸਪੀਕਰ ਪੰਜਾਬ ਅਸੈਂਬਲੀ ਸ਼ੇਰ ਅਲੀ ਗੋਰਚਾਨੀ, ਹਫਿਜ਼ ਰਹਿਮਾਨ ਦਰੇਸ਼ਕ ਸਮੇਤ ਤਮਾਮ ਉਮੀਦਵਾਰਾਂ ਟਿਕਟ ਵਾਪਸ ਕਰਦੇ, ਸਾਥੀਆਂ ਸਮੇਤ ਆਜ਼ਾਦ ਹੈਸੀਅਤ ਚ ਇਲੈਕਸ਼ਨ ਲੜਨ ਦਾ ਐਲਾਨ। ਟਿਕਟ ਨਾ ਮਿਲਣ ਤੇ ਸਰਦਾਰ ਮਹਿਤਾਬ ਅਬਾਸੀ ਵੀ ਨਾਰਾਜ਼। ਸਾਬਕ ਵਫਾਕੀ ਵਜ਼ੀਰ ਜ਼ਾਇਦ ਅਹਿਮਦ ਕੋ ਪੋਤਰ ਦਾ ਇੰਤਖਾਬੀ ਨਿਸ਼ਾਨ, ਗਿਰਨ ਸਾਂਗੇ ਕਚਹਿਰੀ ਵੰਡਣ ਮਹਾਂਗਾ ਪੈ ਗਿਆ। ਟਿਕਟ ਤੋਂ ਮਹਿਰੂਮ ਰਹਿਣ ਵਾਲੇ ਸਾਬਕ ਲੀਗੀ MP ਰਾਣਾ ਲਿਆਕਤ ਦੇ ਹਾਮੀਆਂ ਗਾੜੀ ਦਾ ਘੇਰਾਓ ਕਰ ਗਿਆ, ਸਖ਼ਤ ਨਾਅਰੇਬਾਜ਼ੀ ਕੀਤੀ ਤੇ ਪੱਤਰ ਵਸਾਏ। ਖੈਰਪੁਰ ਚ ਵੋਟਰ ਚ ਨਵਾਬ ਵਸਾਨ ਤੇ ਜਾਵੇਦ ਅਲੀ ਜਲਾਨੀ ਕੋ ਆੜੇ ਹੱਥਾਂ ਕਹਿ ਗਿਆ। ਨੈਬ ਬਲੋਚਿਸਤਾਨ ਵੀ ਇਨ ਐਕਸ਼ਨ, ਅਖਤਿਆਰਾਤ ਦੇ ਨਾਜਾਇਜ਼ ਇਸਤੇਮਾਲ ਤੇ ਸਾਬਕ ਵਜ਼ੀਰ ਆਲਾ ਅਸਲਮ ਰਈਸ ਸਾਨੀ ਦੇ ਖਿਲਾਫ ਰੈਫਰੈਂਸ ਮਨਜ਼ੂਰੀ ਸੰਗੇ ਚੇਅਰਮੈਨ ਨੈਬ ਕੋ ਭਿਜਵਾਉਣ ਦਾ ਫੈਸਲਾ। ਸਾਬਕ ਵਜ਼ੀਰ ਇਜ਼ਹਾਰ ਖੋਸਾ ਦੇ ਖਿਲਾਫ ਤਹਿਕੀਕਾਤ ਦੀ ਵੀ ਮਨਜ਼ੂਰੀ ਰੇਟ ਥੀ, ਕਈ ਸਰਕਾਰੀ ਅਫਸਰਾਂ ਦੇ ਗਿਰਦ ਵੀ ਸ਼ਿਕੰਜਾ ਸਖ਼ਤ।